ਤਸਵੀਰਾਂ 'ਚ ਖਸਤਾ ਹਾਲਤ ਦਿਖਾਈ ਦੇ ਰਹੀ ਸੜਕ ਦੁਆਬੇ ਦੇ ਅਮੀਰ ਹਲਕੇ ਭੁਲੱਥਦੀ ਹੈ। ਸੜਕ 'ਚ ਟੋਏ ਇੰਨੇ ਡੂੰਘੇ ਪੈ ਚੁੱਕੇ ਨੇ ਕਿ ਲੋਕਾਂ ਨੂੰ ਲੰਘਣਾ ਵੀ ਮੁਸ਼ਕਲ ਹੋ ਚੁੱਕਿਆ। ਦੱਸ ਦਈਏ ਕਿ ਇਸ ਹਲਕੇ ਦਾ MLA ਪਿਛਲੇ 3 ਸਾਲ ਤੋਂ ਲੋਕਾਂ ਦੀ ਸਾਰ ਲੈਣ ਨਹੀਂ ਪਹੁੰਚਿਆ, ਜਿਸ ਕਾਰਨ ਹਲਕੇ ਦੇ ਲੋਕਾਂ ਨੇ ਇਸ MLA ਦੇ ਗੁੰਮਸ਼ੁਦਾ ਹੋਣ ਦੇ ਪੋਸਟਰ ਜਗ੍ਹਾ ਜਗ੍ਹਾ ਲਗਾ ਦਿੱਤੇ ਨੇ, ਜਿਸ ਦਾ ਨਾਮ ਪੋਸਟਰਾਂ 'ਤੇ ਲਿਖਿਆ ਸਾਫ਼ ਦਿਖਾਈ ਦੇ ਰਿਹਾ, ਗੁੰਮਸ਼ੁਦਾ ਦੀ ਤਲਾਸ਼, ਸੁਖਪਾਲ ਖਹਿਰਾ MLA ਹਲਕਾ ਭੁਲੱਥ। ਤੁਹਾਨੂੰ ਦੱਸ ਦਈਏ ਕਿ ਸੁਖਪਾਲ ਖਹਿਰਾ ਆਮ ਆਦਮੀ ਪਾਰਟੀ ਤੋਂ ਚੋਣ ਲੜ ਕੇ ਵਿਧਾਇਕ ਬਣਿਆ ਸੀ। ਇਸ ਮੌਕੇ ਬੀਬੀ ਜਗੀਰ ਕੌਰ ਵੱਲੋਂ ਹਲਕੇ ਦੇ ਵਿਕਾਸ ਲਈ ਸੁਖਪਾਲ ਖਹਿਰਾ ਨੂੰ ਕੋਸਿਆ ਗਿਆ। ਤੇ ਆ ਕੇ ਕਿਤੇ ਮਾੜੀ ਗੇੜੀ ਕਰ ਦੇਵੇ ਸਾਰੀ ਸੜਕਾਂ ਉੱਤੇ, ਜੇ ਟੁੱਟੀਆਂ ਸੜਕਾਂ ਨੇ ਦੇਖ ਹੀ ਲਵੇ ਆ ਕੇ, ਗੱਲਾਂ ਤਾਂ ਬੜੀਆਂ ਹੁੰਦੀਆਂ ਸੀ ਇਹਨੂੰ। 10 ਸਾਲ ਦੀ ਸਾਡੀ ਬਣੀ ਸਾਰੀ ਜੋ ਤਰੱਕੀ ਸੀ ਇੱਥੇ ਦੀ ਸਾਰੀ ਤਹਿਸ ਨਹਿਸ ਕਰ ਦਿੱਤੀ ਹੈ। ਅੱਜ ਜੇ ਕਿਤੇ ਇਹ ਹਾਲ ਹੀ ਪੁੱਛ ਲਵੇ ਆ ਕੇ ਕਿ ਲੋਕੋ ਤੁਹਾਡਾ ਹਾਲ ਕੀ ਹੈ, ਇਸ ਕਰਕੇ ਲੋਕ ਲੱਭਦੇ ਫਿਰਦੇ ਆ ਕਿ MLA ਕਿੱਥੇ ਹੈ ਜਿਹਨੂੰ ਅਸੀਂ ਆਵਾਜ਼ ਉਠਾ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਗੁਰਦਾਸਪੁਰ ਤੋਂ MP ਸਨੀ ਦਿਓਲ ਦੇ ਗੁੰਮਸ਼ੁਦਗੀ ਦੇ ਪੋਸਟਰ ਪਠਾਨਕੋਟ ਦੇ ਲੋਕਾਂ ਵੱਲੋਂ ਲਗਾਏ ਗਏ ਸੀ, ਜਿਸ ਦੇ ਬਾਅਦ ਹੁਣ ਭੁਲੱਥ ਦੇ ਲੋਕਾਂ ਨੇ ਸੁਖਪਾਲ ਖਹਿਰਾ ਦੇ ਗੁੰਮ ਹੋਣ ਦੇ ਪੋਸਟਰ ਲਗਾਏ ਨੇ। ਹੁਣ ਦੇਖਦੇ ਹਾਂ ਕਿ ਸੁਖਪਾਲ ਖਹਿਰਾ ਆਪਣੇ ਹਲਕੇ 'ਚ ਕਦੋਂ ਪਹੁੰਚਣਗੇ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਹੱਲ ਹੋ ਸਕਣ। ਜਲੰਧਰ ਤੋਂ ਮਨਵੀਰ ਸੱਭਰਵਾਲ ਦੀ ਰਿਪੋਰਟ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ।